a South Asian Canadian channel. ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਉੱਤੇ ਵਿੰਦਾਵਨ ਕੰਪਲੈਕਸ ਦੇ ਇੱਕ ਹੋਲਸੇਲ ਤੇ ਰਿਟੇਲ ਦੇ ਜਨਰਲ ਸਟੋਰ ਵਿੱਚ ਚੋਰਾਂ ਵੱਲੋਂ ਅੱਧੀ ਰਾਤ ਨੂੰ 50 ਫੁੱਟ ਉੱਚੀ ਦੀਵਾਰ ਫਾਂਦ ਕੇ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਜਨਰਲ ਸਟੋਰ ਦੇ ਮਾਲਕ ਵਿਸ਼ਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਰਾਮ ਤੀਰਥ ਰੋਡ ਅਤੇ ਹੋਲਸੇਲ ਅਤੇ ਰਿਟੇਲ ਦਾ ਜਨਰਲ ਸਟੋਰ ਹੈ। ਉਹਨਾਂ ਕਿਹਾ ਕਿ ਕੱਲ੍ਹ ਰਾਤ ਚੋਰਾਂ ਵੱਲੋਂ ਸਾਡੇ ਜਨਰਲ ਸਟੋਰ 'ਤੇ 1.5 ਲੱਖ ਰੁਪਏ ਦੀ ਚੋਰੀ ਕੀਤੀ ਹੈ। ਉਹਨਾਂ ਕਿਹਾ CCTV ਕੈਮਰੇ ਵੀ ਚੋਰਾਂ ਵੱਲੋਂ ਬੰਦ ਕਰ ਦਿੱਤੇ ਗਏ, ਨਾਲ ਹੀ 50 ਫੁੱਟ ਦੀ ਉੱਚੀ ਦੀਵਾਰ ਫਾਂਦ ਕੇ ਚੋਰਾਂ ਵੱਲੋਂ ਗ੍ਰਿਲ ਤੋੜ ਕੇ ਅੰਦਰ ਦਾਖਲ ਹੋ ਕੇ ਭਗਵਾਨ ਦੀ ਮੂਰਤੀ ਅਤੇ ਚਾਂਦੀ ਦੇ ਸਿੰਘਾਸਨ ਨੂੰ ਵੀ ਚੋਰੀ ਕਰਕੇ ਚੋਰ ਆਪਣੇ ਨਾਲ ਲੈ ਗਏ ਨੇ। ਉਹਨਾਂ ਕਿਹਾ ਕਿ 1.5 ਲੱਖ ਰੁਪਏ ਦੇ ਕਰੀਬ ਸਾਡੀ ਚੋਰੀ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਵਪਾਰੀ ਲੋਕ ਹਾਂ, ਅਸੀਂ ਸਰਕਾਰ ਨੂੰ ਇੰਨਾ ਟੈਕਸ ਦੇ ਰਹੇ ਹਾਂ, ਅਸੀਂ ਵਪਾਰ ਕਰਾਂਗੇ ਜਾਂ ਚੌਂਕੀਦਾਰ ਕਰਾਂਗੇ, ਸਰਕਾਰ ਸਾਨੂੰ ਕੀ ਦੇ ਰਹੀ ਹੈ ਜੇਕਰ ਅਸੀਂ ਆਪੇ ਚੌਂਕੀਦਾਰ ਰੱਖਣੇ ਨੇ। ਹਾਂਜੀ, ਮੇਰਾ ਨਾਮ ਹੈ ਜੀ ਵਿਸ਼ਾਲ, ਮੈਂ ਕਾਨਾ ਗਰੋਸਰੀ ਸਟੋਰ ਦਾ ਓਨਰ ਹਾਂ ਜੀ। ਰਾਮ ਤੀਰਥ ਰੋਡ 'ਤੇ ਮੇਰਾ ਕੰਪਲੈਕਸ ਹੈ, ਵਰਿੰਦਾਵਨ ਕੰਪਲੈਕਸ, ਘੱਟੋ ਘੱਟ ਜੀ 50 ਫੁੱਟ ਉੱਚਾ ਗਰੋਸਰੀ ਦਾ ਕੰਪਲੈਕਸ ਹੈ, ਹੋਲਸੇਲ ਅਤੇ ਰਿਟੇਲ ਦੋਵਾਂ ਦਾ ਕੰਪਲੈਕਸ ਹੈ ਜੀ। ਇੱਥੇ ਕੱਲ੍ਹ ਰਾਤੀ ਬੀਤੀ ਰਾਤ ਇੱਥੇ ਚੋਰੀ ਹੋਈ ਜੀ, 50 ਫੁੱਟ ਉੱਚੀ ਬਿਲਡਿੰਗ ਤੋਂ। ਲੋਕਾਂ ਨੇ, ਤੁਸੀਂ ਹਿਸਾਬ ਲਾ ਲਓ ਚੋਰਾਂ ਦੀ ਹੁਸ਼ਿਆਰੀ, ਕਿ ਉਹਨਾਂ ਨੇ ਇੱਕ ਪੌੜੀ ਦੇ ਜ਼ਰੀਏ 50 ਫੁੱਟ ਉੱਚੀ ਦੀਵਾਰ ਨੂੰ ਫਾਂਦ ਗਏ ਅਤੇ ਗਰਿੱਲਾਂ ਸਾਡੀਆਂ ਕੱਟੀਆਂ ਅਤੇ ਸਾਡੇ ਗੇਟ ਥਾਣੀ ਅੰਦਰ ਵੜੇ ਜੀ ਉਹ। ਤੁਸੀਂ ਮੈਨੂੰ ਇਹ ਦੱਸੋ, ਮੈਂ ਕਹਿੰਦਾ ਪੁਲਿਸ ਵਾਲੇ ਕਿੱਥੇ ਸੀ? ਇਹੋ ਜਿਹਾ ਹਿਸਾਬ ਪੰਜਾਬ 'ਚ ਅਸੀਂ ਇੰਨਾ ਟੈਕਸ ਦਿੰਦੇ ਹਾਂ, ਇੰਨਾ ਕੁਛ ਅਸੀਂ ਕਰਨੇ ਹਾਂ, ਇੰਨੀ GST ਭਰਨੇ ਹਾਂ, ਸਰਕਾਰ ਸਾਨੂੰ ਕੀ ਦਿੰਦੀ ਹੈ ਬਦਲੇ ਉਹਦੇ 'ਚ? PCR ਵਾਲੇ ਕਿੱਥੇ ਸੀ? ਸਰਕਾਰ ਸਾਨੂੰ ਕੀ ਦਿੰਦੀ ਆ, ਕੀ ਮੁਆਵਜ਼ਾ ਕਰਾਉਂਦੀ ਆ? ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਵਪਾਰੀ ਬੰਦਾ ਮਿਹਨਤ ਕਰਦਾ ਅਤੇ ਅਸੀਂ ਰਾਤ ਸੌਣ ਦੇ ਚੋਰ ਹੋਏ ਨੇ ਕਿ ਵਪਾਰੀ ਬੰਦਾ ਸੌ ਵੀ ਨਹੀਂ ਸਕਦਾ। ਹੁਣ ਉਹਦੇ ਇਹ ਹਿਸਾਬ ਹੋ ਗਿਆ ਕਿ ਆਪਾਂ ਚੌਂਕੀਦਾਰ ਵੀ ਆਪਣੀ ਦੁਕਾਨਾਂ 'ਤੇ ਭਾਂਜੀ ਹੈ, ਅਸੀਂ ਆਪਣੀ ਦੁਕਾਨਾਂ 'ਤੇ ਆਹ ਵੀ ਚੌਂਕੀਦਾਰ ਭਾਂਜੀ, ਉਹੋ ਜਿਹਾ ਸਮਾਂ ਆ ਗਿਆ, ਆਪ ਡੰਡੇ ਲੈ ਕੇ ਬਹਿ ਜਾਂਦੇ ਆਪਣੀ ਦੁਕਾਨਾਂ ਦੇ ਬਾਹਰ। ਕਿੰਨਾ ਕੁ ਨੁਕਸਾਨ ਹੋ ਗਿਆ ਭਾਅ ਜੀ ਤੁਹਾਡਾ? ਭਾਅ ਜੀ 1 ਤੋਂ 1.5 ਲੱਖ ਰੁਪਇਆ ਨੁਕਸਾਨ ਹੋ ਗਿਆ। ਜਿਹੜੀਆਂ ਮੂਰਤੀਆਂ ਸੀ ਉਹ ਵੱਖਰੀਆਂ ਚੱਲ ਗਈਆਂ, ਠਾਕੁਰ ਜੀ ਦਾ ਸਿੰਘਾਸਨ ਸੀ ਉਹ ਵੀ ਚੱਲ ਗਿਆ, ਠਾਕੁਰ ਜੀ ਬਿਰਾਜਮਾਨ ਸੀ, ਠਾਕੁਰ ਜੀ ਉਹਨੂੰ ਲੈ ਗਏ ਅੰਦਰ, ਦਰਬਾਰ ਸੀ ਸਾਡਾ ਪੀਰਾਂ ਦਾ, ਉਹਦੀਆਂ ਵੀ ਗੋਲਕਾਂ ਲੈ ਗਏ ਆ। ਭਾਅ ਜੀ 50 ਫੁੱਟ ਉੱਚੀ ਬਿਲਡਿੰਗ, ਤੁਸੀਂ ਆਪ ਦੱਸੋ ਕਿੱਥੇ ਵਪਾਰੀ ਸੁਰੱਖਿਅਤ ਆ? ਉੱਥੇ ਹੀ ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਰਾਮ ਤੀਰਥ ਰੋਡ 'ਤੇ ਇੱਕ ਜਨਰਲ ਸਟੋਰ 'ਤੇ ਚੋਰੀ ਹੋਈ ਹੈ। ਦੁਕਾਨਦਾਰ ਦੇ ਕਹਿਣ ਮੁਤਾਬਕ 1.5 ਲੱਖ ਰੁਪਏ ਦੀ ਚੋਰੀ ਹੋਈ ਹੈ। ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਰਾਤ ਚੋਰੀ ਹੋਈ ਆ, ਕੋਈ 11:30 ਵਜੇ ਉਹਨਾਂ ਦੇ ਜਿਹੜੇ ਦੁਕਾਨ ਵਿਸ਼ਾਲ ਚਾਵਲਾ ਸੀ ਨਾ ਜਨਰਲ ਸਟੋਰ ਵਾਲੇ, ਉਹਨਾਂ ਦੇ ਅਸੀਂ ਜਾ ਕੇ ਉੱਥੇ ਜਦੋਂ ਵੇਖਿਆ ਵੀ ਕੈਮਰੇ ਚੈੱਕ ਕੀਤੇ ਉਹਨਾਂ ਦੇ, ਕਹਿੰਦੇ ਵੀ ਸਾਢੇ 11 ਵਜੇ ਕੈਮਰੇ ਜਿਹੜੇ ਬੰਦ ਹੋ ਗਏ ਆ। ਇਹ ਸਵੇਰੇ ਕਿਤੇ 8:30 ਵਜੇ ਆਏ ਆਪਣੀ ਦੁਕਾਨ 'ਤੇ, ਅਤੇ ਇਹਨਾਂ ਨੇ ਆਣ ਕੇ ਜਦੋਂ ਆਪਣੇ ਦੁਕਾਨ ਦੇ ਤਾਲੇ ਖੋਲ੍ਹੇ ਆ, ਇਹਨਾਂ ਅੰਦਰ ਆਣ ਵੇਖਿਆ ਜਾ ਕੇ ਅਤੇ ਇਹਨਾਂ ਦੇ ਗਲਾ ਵੀ ਖਿਲਰਿਆ ਪਿਆ ਸੀ, ਇਹਨਾਂ ਥੱਲੇ ਹੋਰ ਵੀ ਖਿਲਰਿਆ ਪਿਆ ਸੀ। ਇਹਨਾਂ ਦੇ ਪਿਛਲੇ ਬੰਨੇ ਇਹਨਾਂ ਨੇ ਮੰਦਰ ਬਣਾਇਆ ਸੀ, ਉਹ ਜਿੱਥੇ ਪੂਜਾ ਕਰਦੇ ਆ, ਉਹ ਵੀ ਵਿੱਚ ਗੋਲਕਾਂ ਗਲਕਾਂ ਟੁੱਟੀਆਂ ਪਈਆਂ ਸੀ, ਅਤੇ ਬਾਕੀ ਜਿਹੜੀ ਤਫਤੀਸ਼ ਜਾਰੀ ਆ, ਤਫਤੀਸ਼ ਕਰਕੇ ਅਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਅਤੇ ਗ੍ਰਿਫਤਾਰ ਕੀਤਾ ਜਾਊਗਾ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਉਹਨਾਂ ਦੇ ਦੱਸਣ ਮੁਤਾਬਕ 1-1.5 ਲੱਖ ਦਾ। ਹਾਂ, ਉਹ ਪਿਛਲੇ ਬੰਨੇ ਇੱਕ ਬਿਲਡਿੰਗ ਹੈਗੀ ਸੀ ਨਾਲ ਹੀ, ਉਹਦੇ ਪੈਪਾਂ ਵਾਲੀ ਬਿਲਡਿੰਗ ਸੀ, ਕੋਈ ਰੰਗ ਰੁੰਗ ਵਾਲੇ ਹੈਗੇ ਦੁਕਾਨ ਲੱਗੇ ਉਹਨਾਂ, ਉੱਧਰ ਕਿਤੇ ਪੌੜੀ ਪਈ ਸੀ, ਉਹ ਪੌੜੀ ਚੁੱਕ ਕੇ ਉਹਨਾਂ ਨੇ ਉੱਪਰ ਲਗਾ ਕੇ ਅਤੇ। ਕਿੰਨੀ ਉੱਚੀ ਬਿਲਡਿੰਗ? ਇਹ ਬਿਲਡਿੰਗ ਘੱਟੋ ਘੱਟ ਹੋਣੀ ਆ ਕੋਈ 70-80 ਫੁੱਟ 'ਤੇ ਹੋਣੀ ਆ ਉੱਪਰ। A South Asian Canadian channel.